ਆ ਲਓ ਬਾਈ, ਦੇਖ ਸਕਦੇ ਹੋ ਗਰਾਊਂਡ ਜਮਾਂ ਬਿਲਕੁਲ ਤਿਆਰ ਆ ਤੇ ਸਾਰੇ ਪਹੁੰਚਿਓ ਤੇ ਟੌਪ ਟੌਪ ਦੇ ਖਿਡਾਰੀ ਇਸ ਧਰਤੀ ਦੇ ਉੱਪਰ ਆਉਣਗੇ ਤੇ ਜਿਨ੍ਹਾਂ ਦਾ ਨਾਂ ਹਰਿਆਣੇ ਪੰਜਾਬ ਵਿੱਚ ਚੱਲਦਾ ਗੱਡੀਆਂ ਟਰੈਕਟਰਾਂ ਦੇ ਜਿਹੜੇ ਕੈਨੇਡਾ ਅਮਰੀਕਾ ਖੇਡੇ ਆ ਦੇਖ ਸਕਦੇ ਹੋ ਬਾਈ, ਹਰ ਸਾਲ ਤੁਹਾਨੂੰ ਪਤੀ ਇੱਥੇ ਸਾਰੇ ਖੇਡਣਗੇ ਖਿਡਾਰੀ। 16 ਜਨਵਰੀ ਨੂੰ ਸਾਰੇ ਪਹੁੰਚਿਓ ਤੇ ਦੇਖ ਸਕਦੇ ਹੋ ਤੇ ਹੋਣੀਆਂ ਹੱਲਾ ਗੁੱਲਾ ਹੋਊ ਕਹਿੰਦੇ ਐਤਕੀ ਫੇਰ ਪੂਰਾ। ਬਾਈ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਬਾਈ ਜੀ, ਆਪਾਂ ਨੂੰ ਸਾਰਿਆਂ ਨੂੰ ਪਤੀ ਆ ਵੀ 14, 15, 16 ਜਨਵਰੀ ਆਪਣੇ ਬੱਛੋਆਣੇ ਦੇ ਵਿੱਚ ਟੂਰਨਾਮੈਂਟ ਹੁੰਦਾ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੀ ਵੱਡੀ ਕਿਰਪਾ ਦੇ ਨਾਲ, ਹੈ ਨਾ। ਅਤੇ ਬਹੁਤ ਪੁਰਾਣੇ ਸਮੇਂ ਤੋਂ ਕਬੱਡੀ ਕੱਪ ਹੁੰਦਾ ਜਾ ਆ ਰਿਹਾ ਅਤੇ ਇੱਕ ਟੀਮਾਂ ਨੂੰ ਬਾਈ ਜਿਹੜੀਆਂ 90 ਕਿਲੋ ਦੀਆਂ 70 ਕਿਲੋ ਦੀਆਂ ਨਾ ਵਜਨੀ ਕਬੱਡੀ ਦੀਆਂ ਟੀਮਾਂ ਨੇਗੀਆਂ ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਬਾਈ ਦੇਣਗੇ ਅਤੇ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਪਹਿਲੇ ਦਿਨ ਕਿਹੜੇ ਕਿਹੜੇ ਬੇਟ ਹੋਣਗੇ ਬਾਈ? 36 ਕਿਲੋ ਬਾਈ ਜੀ। ਅਤੇ ਹੋਰ 15 ਜਨਵਰੀ ਨੂੰ 55 ਕਿਲੋ ਅਤੇ 90 ਕਿਲੋ ਹੋਊਗੀ, 16 ਜਨਵਰੀ ਨੂੰ 70 ਕਿਲੋ ਅਤੇ 59 ਕਿਲੋ ਹੋਊਗੀ। ਅਤੇ ਟੀਮਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਕਿਹੜੀ ਆਪਣੇ ਲਈ? ਬਾਈ 55 ਕਿਲੋ ਅਤੇ 90 ਕਿਲੋ ਦੀਆਂ 12 ਵਜੇ ਨੂੰ 90 ਕਿਲੋ ਦੀਆਂ ਟੀਮਾਂ ਐਂਟਰ ਹੋ ਜਾਣ ਸਾਰੀਆਂ। ਇਸ ਤੋਂ ਬਾਅਦ ਆਪਾਂ ਕੋਈ ਟੀਮ ਐਂਟਰ ਨਹੀਂ ਕਰਨੀ। ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੋਊਗਾ? ਨਾ, ਕੋਈ ਪ੍ਰਬੰਧ ਨਹੀਂ ਹੋਊਗਾ ਜੀ। ਓਪਨ ਦੀਆਂ ਟੀਮਾਂ ਵੀ ਆਪਣੇ ਲਈ 12 ਵਜੇ ਨੂੰ ਪਹੁੰਚ ਜਾਣ, 70 ਕਿਲੋ ਦੀਆਂ ਟੀਮਾਂ ਆਪਾਂ 10 ਵਜੇ ਤੱਕ ਹੀ ਐਂਟਰ ਕਰਾਂਗੇ, ਇਸ ਤੋਂ ਬਾਅਦ ਐਂਟਰ ਨਹੀਂ ਕਰਦੇ ਕੋਈ ਟੀਮ ਵੀ। ਠੀਕ ਹੈ। ਅਤੇ ਜਿਹੜੇ ਮੰਨ ਲਾ ਆਪਣਾ ਦਰਸ਼ਕ ਵੀਰ ਮੈਚ ਦੇਖਣ ਆਉਣਗੇ ਉਹਨਾਂ ਨੂੰ ਆਊਗਾ ਪੂਰਾ ਸਵਾਦ? ਵਧੀਆ ਬੈਠਣ ਬੁੱਠਣ ਦਾ ਵਧੀਆ ਕੀਤਾ ਇੰਤਜ਼ਾਰ? ਪੂਰਾ ਪ੍ਰਬੰਧ ਵਧੀਆ ਗਾ, ਪੂਰੀਆਂ ਵਧੀਆ ਓਪਨ ਦੀਆਂ ਟੀਮਾਂ ਬਣੀਆਂ ਹੋਈਆਂ ਨੇ, 90 ਦੀਆਂ ਟੀਮਾਂ ਵੀ ਘੈਂਟ ਬਣੀਆਂ ਹੋਈਆਂ ਨੇ ਸਾਰੀਆਂ, ਓਪਨ ਦਾ ਵੀ ਪੂਰਾ ਸਵਾਦ ਆਊਗਾ ਜੀ। ਅਤੇ ਟੀਮਾਂ ਨੂੰ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਟਾਈਮ ਨਾਲ ਪਹੁੰਚਣਾ, ਆਪਾਂ 8 ਵਜੇ ਨੂੰ ਫਾਈਨਲ ਕਰਾ ਦਾਂਗੇ ਓਪਨ ਦਾ। ਅੱਛਾ, 90 ਕਿਲੋ ਦਾ ਓਪਨ ਦਾ ਵੀ 90 ਦਾ ਵੀ। ਅਤੇ ਪਹਿਲੇ ਦਿਨ ਇਕੱਲੇ 30 ਕਿਲੋ ਹੋ ਗਈ? 36 ਕਿਲੋ ਬਾਈ, ਇਕੱਲੀ 36 ਕਿਲੋ। ਅਤੇ ਨੰਬਰ ਵਧੀਆ ਦਊਂਗੇ ਪੂਰੇ? ਹਾਂ ਬਾਈ, ਪੂਰੇ ਖੁੱਲ੍ਹਾ ਟਾਈਮ ਆ। ਹੋਰ ਕੋਈ ਸੁਨੇਹਾ? ਹੋਰ ਬਸ ਦਰਸ਼ਕ ਵੀ ਬਾਈ ਹੁਮਾ ਹੁਮਾ ਕੇ ਪਹੁੰਚਣ, ਟੀਮਾਂ ਦਾ ਪੂਰਾ ਸਾਨੂੰ ਸਹਿਯੋਗ ਹੈ, ਟਾਈਮ ਨਾਲ ਟੀਮਾਂ ਪਹੁੰਚਣ ਸਾਰੀਆਂ। ਤਿਆਰੀ ਹੋ ਰਹੀ ਹੈ ਗਰਾਊਂਡ ਦੀ? ਪੂਰੀ ਤਿਆਰੀ ਬਾਈ ਸਾਰੀ। ਇੱਧਰ ਦੇਖ ਸਕਦੇ ਹੋ। ਹੋਰ ਜੀ ਗੁਰੂ ਜੀ, ਠੀਕ ਹੈ ਬਾਈ? ਤੁਸੀਂ ਵੀ ਦੱਸੋ ਕੀ ਵਿਚਾਰ ਹੈ? ਬਸ ਵਿਚਾਰ ਕਰਦੇ ਨੇ, ਵਧੀਆ ਧੀਰੇ ਦਾ। ਠੀਕ ਹੈ ਬਾਈ, ਟੀਮਾਂ ਜਿਹੜੀਆਂ ਹੈਗੀਆਂ ਨੇ ਵਜਨੀ ਕਬੱਡੀ ਦਾ 90 ਕਿਲੋ ਅਤੇ ਨਾਲ ਕਿਹੜੀ ਹੋ ਗਈ? 55 ਕਿਲੋ। ਇਹ ਟੀਮਾਂ ਨੂੰ ਅਸੀਂ ਬੇਨਤੀ ਕਰਨਾ ਬਾਈ ਟਾਈਮ ਨਾਲ ਪਹੁੰਚੋ, ਹੈ ਨਾ, ਅਤੇ ਫਿਰ ਹੀ ਟਾਈਮ ਨਾਲ ਮੇਲਾ ਨਿਬੜੂਗਾ। ਅਤੇ ਬਾਕੀ ਮਾਲਵੇ ਦਾ ਇੱਕੋ ਇੱਕ ਮੇਲਾ ਜਿਹੜਾ ਚਰਚਾ ਦੇ ਵਿੱਚ ਰਹਿੰਦਾ, ਤੁਸੀਂ ਹਰ ਸਾਲ ਦੇਖਦੇ ਹੋ। ਅਤੇ ਇੱਧਰ ਸਾਡੇ ਨਾਲ ਕਬੱਡੀ ਖਿਡਾਰੀ ਵੀ ਖੜ੍ਹੇ ਆ, ਉੱਧਰ ਗੱਗੀ ਖੜ੍ਹਿਆ ਅਤੇ ਆ ਆਪਣਾ ਲਾਡੀ ਖੜ੍ਹਿਆ ਵੀਰੋ ਕਿਹੜਾ। ਅਤੇ ਜਿਹੜੇ ਇਲਾਕੇ ਦੇ ਬਈ ਹੈ ਨਾ, ਹੁਣ ਅਸੀਂ ਰਿਹਾ ਹੁੰਦੇ ਮੇਲਾ, ਇਲਾਕੇ ਦੀਆਂ ਟੀਮਾਂ ਐਂਟਰ ਕਰਦੇ ਆਪਾਂ, ਉਹ ਟੀਮਾਂ ਟਾਈਮ 'ਤੇ ਨਹੀਂ ਤਾਂ ਉਹਨਾਂ ਨੂੰ ਸੁਨੇਹਾ ਦਿਓ ਵੀ ਬਈ ਯਾਰ ਤੁਸੀਂ ਪਹਿਲਾਂ ਆਇਓ ਸਾਡਾ ਸਾਥ ਦਿਓ। ਇਲਾਕੇ ਦੀਆਂ ਟੀਮਾਂ ਜੇ ਆਪਣੇ ਲਈ ਟਾਈਮ ਨਾਲ ਆਉਣਾ, ਆਪਾਂ ਉਹ ਟੀਮਾਂ ਦੇ ਟਾਈਮ ਦੇ ਨਾਲ ਹੀ ਮੈਚ ਕਰਾਈਏ ਸ਼ੁਰੂ। ਜਦੋਂ ਉਹ ਟੀਮਾਂ ਲੇਟ ਹੋ ਜਾਂਦੀਆਂ ਆਪਾਂ ਦੂਜੀਆਂ ਟੀਮਾਂ ਨੂੰ ਕਿਵੇਂ ਪਹਿਲਾਂ ਸੱਦਾਂਗੇ? ਇਲਾਕੇ ਵਾਲੇ ਸਾਨੂੰ ਹੱਥ ਬੰਨ ਕੇ ਬੇਨਤੀ ਆ ਸਾਡੀ ਵੀ ਉਹ ਟੀਮਾਂ ਸਾਡਾ ਸਹਿਯੋਗ ਦੇਣ। ਠੀਕ ਹੈ। ਓਪਨ ਵਾਲੀਆਂ ਵੀ ਅਤੇ ਵਜਨੀ ਕਬੱਡੀ ਵਾਲੀਆਂ ਵੀ। ਹਾਂ। ਅਤੇ ਹੋਰ ਕੋਈ ਸੁਨੇਹਾ? ਗਰਾਊਂਡ ਦੀਆਂ ਤਿਆਰੀਆਂ ਨੇ ਅਤੇ ਬਾਈ ਵੀਡੀਓ ਸ਼ੇਅਰ ਕਰ ਦਿਓ ਅਤੇ ਜਿੰਨੇ ਵੀ ਭਰਾ ਜੁੜੇ ਆ ਅਤੇ ਬਾਕੀ ਸਾਰੇ ਸਾਥ ਦਿਓ ਨਾ। ਬਹੁਤ ਵਧੀਆ ਮੇਲਾ ਹੁੰਦਾ ਬਈ ਆਏ ਸਾਲ ਉਰੇ। ਆਹ ਵੇਖੋ ਗਰਾਊਂਡ ਪੂਰਾ ਘੈਂਟ ਹੈ ਅਤੇ ਓਪਨ ਦੇ ਬਾਈ ਟੌਪ ਟੌਪ ਦੇ ਖਿਡਾਰੀ ਆਉਣਗੇ ਅਤੇ ਜਿਨ੍ਹਾਂ ਦਾ ਹਰ ਸਾਲ ਆਪਾਂ ਦੇਖਦੇ ਹਾਂ ਬਾਬੇ ਥੰਮਣ ਸਿੰਘ ਦੀ ਕਿਰਪਾ ਹੁੰਦੀ ਹੈ ਨਾ, ਅਤੇ ਸਾਰੇ ਵਧੀਆ ਖਿਡਾਰੀ ਆਉਣਗੇ ਅਤੇ ਸਾਰੇ ਪਹੁੰਚਿਓ, ਦਰਸ਼ਕਾਂ ਨੂੰ ਵੀ ਖੁੱਲ੍ਹੇ ਸੱਦਿਆ। ਠੀਕ ਆ ਬਾਈ ਤੇਰੇ? ਓਕੇ ਬਾਈ, ਵੀਡੀਓ ਸ਼ੇਅਰ ਕਰ ਦਿਓ ਸਾਰੇ ਭਰਾ ਅਤੇ ਟੀਮਾਂ ਨੂੰ ਬੇਨਤੀ ਆ ਬਾਈ ਟਾਈਮ ਨਾਲ ਪਹੁੰਚੇ ਤਾਂ ਅਸੀਂ ਵੀਡੀਓ ਪਾਈ ਆ। ਅਤੇ ਕਈ ਟੀਮਾਂ ਹੈ ਨਾ ਪਿਛਲੀ ਵਾਰ ਉਹਨਾਂ 3-3 ਵਜੇ ਤੱਕ ਐਂਟਰ ਹੋਈ ਗਈਆਂ, ਉਹ ਸਿਸਟਮ ਨਹੀਂ ਹੋਏਗਾ। 12 ਵਜੇ ਤੱਕ ਐਂਟਰੀ ਹੋ, 12 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣੀ ਕਿਸੇ ਦੀ? ਹਾਂ ਬਾਈ, ਕੋਈ ਐਂਟਰੀ ਨਹੀਂ ਹੋਣੀ। ਠੀਕ ਆ ਜੀ, 12 ਵਜੇ ਤੋਂ ਬਾਅਦ ਬਾਈ ਕਿਸੇ ਦੀ ਐਂਟਰੀ ਕੋਈ ਨਹੀਂ ਹੋਣੀ। ਅਤੇ ਆਹ ਦੇਖ ਸਕਦੇ ਹੋ ਗਰਾਊਂਡ ਬਿਲਕੁਲ ਤਿਆਰ ਆ, ਫਰੈਕਸਾਂ ਫਰੂਕਸਾਂ ਲੱਗ ਗਈਆਂ। ਅਤੇ ਬਹੁਤ ਬਹੁਤ ਧੰਨਵਾਦ ਆ ਅਤੇ ਵੀਡੀਓ ਸ਼ੇਅਰ ਕਰ ਦਿਓ ਸਾਰੇ।